2019 ਮਤਲਬ 23 ਮਾਰਚ 2019 ਤੇ ਅੱਜ ਅਸੀਂ ਹੈਗੇ 3 ਜੂਨ ਮਤਲਬ ਕਿ ਆਲਮੋਸਟ 60 ਦਿਨ ਪੂਰੇ ਹੋ ਗਏ ਆ। ਪਰਚਾ ਦਰਜ ਹੈ ਔਰ ਕੇਵਲ ਪਰਚਾ ਵੀ ਕਿਹੜੀ ਕਿਹੜੀ ਧਾਰਾ 376 ਡੀ ਗੈਂਗਰੇਪ ਦਾ ਆਈਪੀਸੀ ਨਾਲ ਹੀ 506 ਜਿਹੜਾ ਜਾਨੋ ਮਾਰਨ ਦੀ ਧਮਕੀ ਦਾ ਹੁੰਦਾ ਹੈ ਨਾਲ ਹੀ 342 ਜਿਹੜਾ ਕਿਸੇ ਨੂੰ ਧੱਕੇ ਨਾਲ ਬੰਧਕ ਬਣਾ ਕੇ ਰੱਖਣਾ ਇਹ ਸਾਰੀ ਧਾਰਾਵਾਂ ਦੇ ਹੇਠ ਪਰਚਾ ਦਰਜ ਹੋਏ ਨੂੰ 60 ਦਿਨ ਹੋ ਗਏ ਮੈਡੀਕਲ ਰਿਪੋਰਟ ਹੋ ਗਈ 164 ਦੇ ਬਿਆਨ ਮੈਜਿਸਟ੍ਰੇਟ ਅੱਗੇ ਹੋ ਗਏ ਮੈਟਰ ਪੁਲਿਸ ਦੇ ਧਿਆਨ ਚ ਹੈ ਔਰ ਤੁਸੀਂ ਹੈਰਾਨ ਹੋਵੋਗੇ ਮੈਂ ਇਹਨਾਂ ਦੀ ਆਪ ਦੇ ਤੁਸੀਂ ਮੂੰਹੋਂ ਵੀ ਸੁਣ ਲਿਓ ਕਿ ਜਿਨ੍ਹਾਂ ਦੇ ਖਿਲਾਫ਼ ਪਰਚਾ ਦਰਜ 10 ਬੰਦਿਆਂ ਦਾ ਬਾਈ ਨੇਮ ਔਰ 5 ਬੰਦੇ ਅਣਪਛਾਤੇ ਨਾਂ ਦਿੱਤੇ ਹੋਏ ਆ ਔਰ ਇਹ ਆਪ ਜੋ ਮੈਨੂੰ ਇਹਨਾਂ ਦੇ ਨਾਨਾ ਜੀ ਸਤੀਸ਼ ਕੁਮਾਰ ਜੀ ਨੇ ਦੱਸਿਆ ਕਿ ਇਹ ਜਾ ਕੇ ਸੂਬੇ ਦੇ ਖਜ਼ਾਨਾ ਮੰਤਰੀ MLA ਜਿਹੜੇ ਇੱਥੋਂ ਦੇ MLA ਨੇ ਉਹਨਾਂ ਨੂੰ ਮਿਲੇ ਮਨਪ੍ਰੀਤ ਸਿੰਘ ਬਾਦਲ ਨੂੰ ਮਨਪ੍ਰੀਤ ਸਿੰਘ ਬਾਦਲ ਤੋਂ ਫੋਨ ਕਰਾਇਆ ਮਤਲਬ ਕੇਸ ਉਹਨਾਂ ਦੇ ਧਿਆਨ ਚ ਵੀ ਉਹ ਬੰਦੇ ਨੂੰ ਜਿਹਦੇ ਵਾਸਤੇ ਜਿਹੜਾ ਅਕਿਊਜ਼ ਸੀ ਉਹਦੇ ਖਿਲਾਫ਼ ਫੋਨ ਕਰਾਇਆ ਜਾ ਕੇ SSP ਨੂੰ ਮਿਲੇ SSP ਦੇ ਵੀ ਧਿਆਨ ਚ ਔਰ ਸਾਰਾ ਕੁਛ ਹੋਣ ਦੇ ਬਾਅਦ ਸਰਕਾਰ ਦੇ ਵੀ ਧਿਆਨ ਤੇ ਵਜ਼ੀਰ ਦੇ ਵੀ ਧਿਆਨ ਚ SSP ਦੇ ਵੀ ਧਿਆਨ ਚ ਮਗਰ ਫੇਰ ਵੀ ਉਹ ਬੰਦੇ ਨੂੰ ਇਹ ਕਿੰਨੇ 6 ਵਜੇ ਫੜਾਇਆ 9 ਵਜੇ ਛੱਡ ਤੋਂ ਬਾਅਦ ਚ ਜਾ ਕੇ ਆਪਦੀ ਦੁਕਾਨ ਚ ਬੈਠਿਆ ਲੋਲੈਸਨੈਸ ਮਾੜੀ ਪੁਲਿਸ ਦੀ ਕਾਰਵਾਈ ਪੁਲਿਸ ਦੇ ਜਿਹੜੀ ਸਿਆਸੀਕਰਨ ਹੈ ਉਹਦੀਆਂ ਅੱਜ ਸਾਰੀਆਂ ਹੀ ਹੱਦਾਂ ਜਿਹੜੀਆਂ ਟੱਪ ਗਏ ਉਹਦੇ ਬਾਰੇ ਤੁਹਾਡੇ ਕੋਲ ਜ਼ਿਕਰ ਕਰਨ ਵਾਸਤੇ ਅਸੀਂ ਇਕੱਠੇ ਕੋਈ ਵੀ ਸਾਡੇ ਤੱਕ ਅਪਰੋਚ ਕਰੂਗਾ ਜਿਹੜਾ ਕੇਸ ਸਾਡੇ ਧਿਆਨ ਚ ਆਊਗਾ ਜਾਂ ਕੋਈ ਸਾਡੇ ਧਿਆਨ ਚ ਆ ਗਿਆ ਜਾਂ ਕੋਈ ਸਾਨੂੰ ਅਪਰੋਚ ਕਰੂਗਾ ਅੱਜ ਭੈਣ ਜੀ ਨੇ ਮਨ ਬਣਾ ਲਿਆ ਕਿ ਉਹਨਾਂ ਦਾ ਸਭ ਦਾ ਹੀ ਕੇਸ ਸ਼੍ਰੋਮਣੀ ਅਕਾਲੀ ਦਲ ਤਗੜੇ ਹੋ ਕੇ ਪੈਰਵਾਈ ਕਰਕੇ ਇਨਸਾਫ਼ ਦਵਾਉਣ ਦੀ ਲੜਾਈ ਲੜੂਗਾ ਇਹ ਇੱਥੇ ਦੇ SSP ਨੇ ਜਿਹੋ ਜਿਹਾ ਜ਼ੋਰ ਤੇ ਜ਼ਬਰ ਅਨਲੀਸ਼ ਕੀਤਾ ਹੈ ਅੱਜ ਦੀਆਂ ਭੈਣਾਂ ਦੀ ਇੱਜ਼ਤ ਦੀ ਆਬਰੂ ਤੇ ਇਹ ਤੋਂ ਪਰਵਾਹ ਨਹੀਂ ਹੈ ਇਹ ਬੰਦਾ ਹੈ ਕਿ ਕੀ ਹੈ